ਸਤਿ ਸ਼੍ਰੀ ਅਕਾਲ ਦੇ ਜ਼ੀਰੋ ਦੀ ਪੰਜਾਬੀ ਰਸੋਈ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਨਮਕੀਨ ਮੱਠੀ ਦੀ ਰੈਸিপি ਜੋ ਸਭ ਨੂੰ ਬਹੁਤ ਪਸੰਦ ਹੈ ਬਹੁਤ ਹੀ ਸਿੰਪਲ ਤੇ ਈਜ਼ੀ ਜਿਹੀ ਰੈਸিপি ਹੈ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਏਗੀ ਤੁਸੀਂ ਇਸ ਰੈਸিপি ਨਾਲ ਘਰ ਵਿੱਚ ਬਾਜ਼ਾਰ ਵਰਗੀ ਮੱਠੀ ਬਣਾ ਸਕਦੇ ਹੋ ਜ਼ਰੂਰ ਬਣਾ ਕੇ ਦੇਖਣਾ ਆਪ ਨੂੰ ਬਹੁਤ ਹੀ ਵਧੀਆ ਲੱਗੇਗੀ ਸ਼ੁਰੂ ਕਰਦੇ ਹਾਂ ਕਿ ਬਾਜ਼ਾਰ ਵਰਗੀ ਮਠੀ ਘਰ ਵਿੱਚ ਕਿਵੇਂ ਬਣਾਵਾਂਗੇ। ਨਮਕੀਨ ਮਠੀ ਬਣਾਉਣ ਦੇ ਲਈ 3 ਕੁੱਲੀਆਂ ਮੈਦਾ ਲਵਾਂਗੇ। ਜਾਂ ਤੁਸੀਂ ਬਹੁਤ ਜ਼ਿਆਦਾ ਬਣਾਣੀਆਂ ਹਨ ਤਾਂ 4 ਜਾਂ 5 ਕੁੱਲੀਆਂ ਮੈਦਾ ਲੈ ਸਕਦੇ ਹੋ। ਹੁਣ ਅਸੀਂ ਮੈਦੇ ਦੇ ਵਿੱਚ 2 ਵੱਡੇ ਚਮਚ ਜਵੈਨ ਦੇ ਪਾਵਾਂਗੇ ਤੇ ਨਾਲ ਹੀ 1.5 ਚਮਚ ਨਮਕ ਸਵਾਦ ਅਨੁਸਾਰ ਪਾਵਾਂਗੇ। 2 ਵੱਡੇ ਚਮਚ ਕਸਤੂਰੀ ਮੇਥੀ ਪਾਵਾਂਗੇ 2 ਵੱਡੇ ਚਮਚ ਵੈਜੀਟੇਬਲ ਆਇਲ ਪਾਵਾਂਗੇ ਅੱਡੇ ਦੇ ਵਿੱਚ ਜਵੈਨ ਨਮਕ ਕਸਤੂਰੀ ਮੇਥੀ ਤੇਲ ਪਾ ਕੇ ਇਸ ਨੂੰ ਆਪਸ ਵਿੱਚ ਮਿਲਾ ਲਵਾਂਗੇ ਹੁਣ ਅਸੀਂ ਇਸ ਮਟੀਰੀਅਲ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਸਖਤ ਡੋਹ ਤਿਆਰ ਕਰਾਂਗੇ ਮੈਦੇ ਨੂੰ ਅਸੀਂ ਆਟੇ ਵਾਂਗ ਚੰਗੀ ਤਰ੍ਹਾਂ ਗੁੰਨ ਲਿਆ ਹੈ ਤੇ ਇੱਕ ਸਖਤ ਡੋਹ ਤਿਆਰ ਕਰ ਲਈ ਹੈ ਮੈਦੇ ਦੀ ਸਖਤ ਡੋਹ ਤਿਆਰ ਹੋ ਗਈ ਹੈ ਹੁਣ ਅਸੀਂ ਇਸ ਨੂੰ ਅੱਧੇ ਘੰਟੇ ਲਈ ਰੈਸਟ ਕਰਨ ਲਈ ਰੱਖਾਂਗੇ ਘੰਟੇ ਬਾਅਦ ਮਠੀਆਂ ਤਿਆਰ ਕਰਨ ਲਈ ਸਾਡੀ ਡੋਹ ਬਿਲਕੁਲ ਤਿਆਰ ਹੈ ਹੁਣ ਅਸੀਂ ਆਟੇ ਦੇ ਪੇੜੇ ਬਣਾਵਾਂਗੇ ਜਿੰਨੇ ਸਾਈਜ਼ ਦੀਆਂ ਅਸੀਂ ਮੱਠੀਆਂ ਬਣਾਉਣੀਆਂ ਹਨ ਉੰਨੇ ਹੀ ਸਾਈਜ਼ ਦੇ ਅਸੀਂ ਪੇੜੇ ਬਣਾਵਾਂਗੇ ਮੈਂ ਮੀਡੀਅਮ ਸਾਈਜ਼ ਦੀਆਂ ਮੱਠੀਆਂ ਬਣਾ ਰਹੀ ਹਾਂ ਇਸ ਲਈ ਮੈਂ ਮੀਡੀਅਮ ਸਾਈਜ਼ ਦੇ ਪੇੜੇ ਬਣਾ ਰਹੀ ਹਾਂ ਜੋ ਵੀ ਸਾਈਜ਼ ਦੀਆਂ ਮੱਠੀਆਂ ਤੁਸੀਂ ਬਣਾਉਣੀਆਂ ਹਨ ਉਸੇ ਸਾਈਜ਼ ਦੇ ਪੇੜੇ ਤੁਸੀਂ ਬਣਾ ਲਵੋ ਪੇੜਿਆਂ ਨੂੰ ਵਿਚਕਾਰ ਤੋਂ ਤੇ ਸਾਈਡਾਂ ਤੋਂ ਪਤਲਾ-ਪਤਲਾ ਕਰਕੇ ਮੈਂ ਇਸ ਨੂੰ ਪਲੇਟ ਵਿੱਚ ਰੱਖਦੀ ਜਾ ਰਹੀ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਤੁਸੀਂ ਇਸ ਨੂੰ ਹਥੇਲੀ ਨਾਲ ਵੀ ਪ੍ਰੈਸ ਕਰਕੇ ਰੱਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਕਿ ਮੈਂ ਬਿਲਕੁਲ ਜਿਵੇਂ ਬਾਜ਼ਾਰ ਦੀਆਂ ਮਠੀਆਂ ਹੁੰਦੀਆਂ ਹਨ ਉਸੇ ਸਾਈਜ਼ ਵਿੱਚ ਇਸ ਨੂੰ ਬਣਾ ਰਹੀ ਹਾਂ ਸਾਰੇ ਪੇੜਿਆਂ ਨੂੰ ਮੈਂ ਹੱਥ ਨਾਲ ਪਤਲਾ-ਪਤਲਾ ਕਰਕੇ ਪਲੇਟ ਵਿੱਚ ਰੱਖ ਲਿਆ ਹੈ ਮਠੀਆਂ ਬਣਾਉਣ ਦੇ ਲਈ ਤੇਲ ਨੂੰ ਅਸੀਂ ਫੁੱਲ ਫਲੇਮ ਤੇ ਰੱਖ ਦਿੱਤਾ ਹੈ ਤਾਂ ਕਿ ਇਹ ਬਹੁਤ ਜ਼ਿਆਦਾ ਗਰਮ ਹੋ ਜਾਏ ਤੇਲ ਨੂੰ ਚੈੱਕ ਕਰਨ ਲਈ ਕਿ ਬਹੁਤ ਜ਼ਿਆਦਾ ਤੇਲ ਗਰਮ ਹੋਇਆ ਹੈ ਜਾਂ ਨਹੀਂ ਇੱਕ ਛੋਟਾ ਜਿਹਾ ਆਟੇ ਦਾ ਗੋਲਾ ਤੇਲ ਵਿੱਚ ਪਾ ਕੇ ਦੇਖਾਂਗੇ ਤੇਲ ਬਹੁਤ ਗਰਮ ਹੋ ਗਿਆ ਹੈ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਹੈ ਹੁਣ ਅਸੀਂ ਮੈਦੇ ਦੀ ਡੋਰ ਨੂੰ ਜੋ ਪਤਲਾ-ਪਤਲਾ ਪ੍ਰੈਸ ਕੀਤਾ ਹੈ ਉਸ ਨੂੰ ਤੇਲ ਵਿੱਚ ਪਾਦੇ ਜਾਵਾਂਗੇ ਤੇ ਫਰਾਈ ਕਰਦੇ ਜਾਵਾਂਗੇ ਜਦ ਅਸੀਂ ਮਠੀਆਂ ਬਣਾਵਾਂਗੇ ਪਹਿਲਾਂ ਗੈਸ ਦੀ ਫਲੇਮ ਨੂੰ ਬਿਲਕੁਲ ਤੇਜ਼ ਰੱਖਾਂਗੇ ਮਠੀਆਂ ਨੂੰ ਵਿੱਚ ਪਾਦਿਆਂ ਹੀ ਅਸੀਂ ਗੈਸ ਦੀ ਫਲੇਮ ਬਿਲਕੁਲ ਘੱਟ ਕਰ ਦਵਾਂਗੇ ਮਠੀਆਂ ਅਸੀਂ ਬਿਲਕੁਲ ਘੱਟ ਸੇਕ ਤੇ ਬਣਾਵਾਂਗੇ ਕਿਉਂਕਿ ਤੇਜ਼ ਸੇਕ ਤੇ ਮਠੀਆਂ ਬਾਹਰੋਂ ਤੱਕ ਫرائی ਹੋ ਜਾਣਗੀਆਂ ਪਰ ਅੰਦਰ ਤੋਂ ਕੱਚੀਆਂ ਰਹਿ ਜਾਣਗੀਆਂ ਤੇ ਨਾਲੇ ਜਲ ਜਾਣਗੀਆਂ ਇਸ ਲਈ ਕਾਲੀ ਨਹੀਂ ਕਰਨੀ ਬਿਲਕੁਲ ਮਠੀਆਂ ਨੂੰ ਪੇਸ਼ੈਂਸ ਨਾਲ ਬਣਾਉਣਾ ਹੈ ਮਠੀਆਂ ਘੱਟ ਸੇਕਤੇ ਹੀ ਬੰਦੀਆਂ ਹਨ ਤੇ ਵਿੱਚੋਂ ਵੀ ਖਸਤਾ ਹੋ ਜਾਂਦੀਆਂ ਹਨ ਇਸ ਲਈ ਥੋੜਾ ਟਾਈਮ ਲੈਂਦੀਆਂ ਹਨ ਘੱਟ ਸੇਕਤੇ 20 ਜਾਂ 25 ਮਿੰਟ ਤੱਕ ਦਾ ਟਾਈਮ ਲੱਗਦਾ ਹੈ ਮਠੀਆਂ ਨੂੰ ਬਣਾਉਣ ਵਿੱਚ ਤੇ ਤਾਂ ਹੀ ਬਿਲਕੁਲ ਖਸਤਾ ਬੰਦੀਆਂ ਹਨ ਹਾਲ ਨਾਲ ਹੀ ਦੋਨਾਂ ਸਾਈਡਾਂ ਤੋਂ ਅਸੀਂ ਚੰਗੀ ਤਰ੍ਹਾਂ ਪਲਟਾਂਦੇ ਜਾਵਾਂਗੇ ਤਾਂ ਕਿ ਦੋਨਾਂ ਸਾਈਡਾਂ ਤੋਂ ਇਹ ਖਸਤਾ ਹੋ ਜਾਣ ਤੇ ਅੰਦਰ ਤੱਕ ਪੱਕ ਜਾਣ ਅੰਦਰੋਂ ਵੀ ਇਹ ਖਸਤਾ ਹੋ ਜਾਣ ਕੱਚੀਆਂ ਨਾ ਰਹਿ ਜਾਣ ਵੀ ਤੋਂ 25 ਮਿੰਟ ਤੱਕ ਅਸੀਂ ਇਸ ਨੂੰ ਬਿਲਕੁਲ ਘੱਟ ਸੇਕ ਤੇ ਫਰਾਈ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਸ ਦਾ ਰੰਗ ਆਇਆ ਹੈ ਤੇ ਅੰਦਰ ਤੱਕ ਬਿਲਕੁਲ ਖਸਤਾ ਹੋ ਗਈਆਂ ਹਨ ਬਿਲਕੁਲ ਬਾਜ਼ਾਰ ਵਰਗੀਆਂ ਬਣੀਆਂ ਹਨ ਤੱਕ ਸਾਡੀਆਂ ਇਹ ਮਠੀਆਂ ਠੰਡੀਆਂ ਹੁੰਦੀਆਂ ਹਨ ਉਦੋਂ ਤੱਕ ਅਸੀਂ ਦੂਜਾ ਪੂਰ ਤੇਲ ਵਿੱਚ ਫਰਾਈ ਕਰਦੇ ਹਾਂ ਦੂਜੀਆਂ ਮਠੀਆਂ ਵੀ ਅਸੀਂ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਤੇਜ ਸੇਕ ਕਰਕੇ ਉਸ ਵਿੱਚ ਪਾਉਂਦੇ ਜਾਵਾਂਗੇ ਪਾਂ ਤੋਂ ਬਾਅਦ ਇੱਕਦਮ ਘੱਟ ਸੇਕ ਕਰ ਦਵਾਂਗੇ ਤੇ ਇਸ ਨੂੰ ਬਿਲਕੁਲ ਘੱਟ ਸੇਕ ਤੇ 20-25 ਮਿੰਟ ਲਈ ਫਰਾਈ ਕਰਾਂਗੇ ਤਾਂ ਕਿ ਇਹ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਪੱਕ ਜਾਂ ਤੇ ਚੰਗੀ ਤਰ੍ਹਾਂ ਖਸਤਾ ਹੋ ਜਾਂ ਮਠੀਆਂ ਦੇ ਦੂਜੇ ਪੂਰਨ ਨੂੰ ਵੀ ਅਸੀਂ ਉਸੇ ਤਰ੍ਹਾਂ ਘੱਟ ਸੇਕ ਤੇ ਫਰਾਈ ਕੀਤਾ ਹੈ 20-25 ਮਿੰਟ ਤੱਕ ਇਸ ਨੂੰ ਬਿਲਕੁਲ ਘੱਟ ਸੇਕ ਤੇ ਫਰਾਈ ਕੀਤਾ ਹੈ ਤਾਂ ਕਿ ਇਹ ਅੰਦਰੋਂ ਤੇ ਬਾਹਰੋਂ ਚੰਗੀ ਤਰ੍ਹਾਂ ਪੱਕ ਜਾਂ ਤੇ ਬਿਲਕੁਲ ਖਸਤਾ ਬਣ ਜਾਂ। ਤੁਸੀਂ ਦੇਖ ਰਹੇ ਹੋ ਕਿ ਇਸ ਦਾ ਰੰਗ ਕਿੰਨਾ ਵਧੀਆ ਆਇਆ ਹੈ ਤੇ ਬਿਲਕੁਲ ਬਾਜ਼ਾਰ ਵਾਂਗੂ ਲੱਗ ਰਹੀਆਂ ਹਨ। ਇਸ ਨੂੰ ਠੰਡਾ ਕਰਨ ਲਈ ਅਸੀਂ ਪਲੇਟ ਵਿੱਚ ਰੱਖਾਂਗੇ ਤੇ 20-25 ਮਿੰਟ ਤੱਕ ਇਹ ਠੰਡੀਆਂ ਹੋ ਜਾਣਗੀਆਂ ਤਾਂ ਇਸ ਨੂੰ ਤੁਸੀਂ ਚਾਹ ਦੇ ਨਾਲ ਖਾ ਸਕੋਗੇ। ਹਾਂਜੀ ਮਠੀਆਂ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਹਨ ਤੇ ਠੰਡੀਆਂ ਵੀ ਹੋ ਗਈਆਂ ਹਨ ਤੇ ਬਿਲਕੁਲ ਖਸਤਾ ਬਨੀਆਂ ਹਨ ਤੇ ਬਿਲਕੁਲ ਬਾਜ਼ਾਰ ਵਰਗੀਆਂ ਬਨੀਆਂ ਹਨ। ਤੁਸੀਂ ਵੀ ਇਹੋ ਜੀਆਂ ਮਠੀਆਂ ਘਰ ਵਿੱਚ ਬਣਾ ਕੇ ਦੇਖਣਾ ਤੁਹਾਨੂੰ ਜ਼ਰੂਰ ਪਸੰਦ ਆਣਗੀਆਂ ਤੁਹਾਨੂੰ ਮੇਰੀ ਇਹ ਰੈਸিপি ਕਿਹੋ ਜੀ ਲੱਗੀ ਕਮੈਂਟ ਵਿੱਚ ਜ਼ਰੂਰ ਲਿਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਠੀਆਂ ਨੂੰ ਬਣਾ ਕੇ ਜ਼ਰੂਰ ਦੇਖਣਾ